ਪੰਜਾਬ ਵਿੱਚ ਮਹਿੰਗੀ ਬਿਜਲੀ ਦੇ ਮੁੱਦੇ ਤੇ ਸਿਆਸਤ ਇੱਕ ਵਾਰ ਮੁੜ ਤੋਂ ਗਰਮਾ ਚੁੱਕੀ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਲਜ਼ਾਮਾਂ ਤੇ ਹੁਣ ਜਵਾਬ ਮਨਪ੍ਰੀਤ ਸਿੰਘ ਬਾਦਲ ਨੇ ਦਿੱਤਾ। ਉਹਨਾਂ ਦਾ ਇਲਜ਼ਾਮ ਹੈ ਕਿ ਸਾਬਕਾ ਅਕਾਲੀ ਦਲ ਦੀ ਸਰਕਾਰ ਵੇਲੇ ਅੱਖਾਂ ਬੰਦ ਕਰਕੇ ਨਿੱਜੀ ਥਰਮਲ ਪਲਾਂਟਾਂ ਦੇ ਨਾਲ ਸਮਝੌਤਿਆਂ ਤੇ ਹਸਤਾਖਰ ਕਰ ਦਿੱਤੇ ਗਏ। ਵਿੱਤ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਤੋਂ ਪੁੱਛਿਆ ਕਿ ਉਹ ਜਨਤਾ ਨੂੰ ਦੱਸਣ ਕਿ ਉਹਨਾਂ ਦੇ ਰਾਜ ਵਿੱਚ ਬਿਜਲੀ ਸਮਝੌਤੇ ਕੀ ਹੋਏ ਸੀ ਜਾਂ ਫਿਰ ਨਹੀਂ। ਇਹ ਪੰਜਾਬ ਦੇ ਹੱਕ 'ਚ ਹੈ ਕਿ ਨਹੀਂ, ਇਹ ਸੁਖਬੀਰ ਸਾਹਿਬ ਇਹਦਾ ਬਿਆਨ ਕਰਨ। ਪਰ ਜਿੱਥੋਂ ਤੱਕ ਸਾਨੂੰ ਪਤਾ ਹੈ ਕਿ ਇਹ ਜਿਨ੍ਹਾਂ ਨੇ ਵੀ ਇਹ ਐਗਰੀਮੈਂਟ ਸਾਈਨ ਕੀਤੇ ਹੈ ਜਾਂ ਤਾਂ ਉਹ ਅੰਨੇ ਸੀਗੇ ਅਤੇ ਜਾਂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਆ ਆਈਦਰ ਦੇ ਵਰ ਬਲਾਈਂਡ ਔਰ ਬਲਾਈਂਡ ਫੋਲਡਡ, ਕਿ ਜਾਂ ਤਾਂ ਉਹਦੇ ਉਹਨਾਂ ਦੇ ਕੋਈ ਪੱਟੀ ਬੰਨੀ ਸੀ ਅੱਖਾਂ 'ਤੇ ਅਤੇ ਜਾਂ ਉਹਨਾਂ ਨੂੰ ਵੈਸੇ ਹੀ ਨਹੀਂ ਦਿਖਦਾ ਸੀ। ਬਿਜਲੀ ਦੇ ਵਿੱਚ ਜਿਹੜੇ ਰੇਟ ਵੱਧ ਰਹੇ ਹੈ ਆਹ ਕੋਈ PPA ਕਰਕੇ ਨਹੀਂ, ਆਹ ਵੱਧ ਰਹੇ ਹੈ ਇਹਨਾਂ ਦੇ ਘੁਟਾਲੇ ਕਰਕੇ, ਜਿਹੜੇ ਇੱਕ ਇੱਕ ਕੰਪਨੀ ਨੂੰ 15-1500 ਕਰੋੜ ਦਾ ਉਹਨਾਂ ਨੇ ਫਾਇਦਾ ਦੇ ਦਿੱਤਾ ਅਤੇ ਉਹ 20-30 ਪੈਸੇ ਵਧਾ ਕੇ ਇੱਧਰ ਵਧਾ ਦਿੰਦੇ। ਸੋ ਅਸੀਂ ਤਾਂ ਖਾਹਿਸ਼ ਦਾ ਕਿਹਾ ਇਹਨਾਂ ਨੂੰ ਚੀਫ ਮਿਨਿਸਟਰ ਨੂੰ ਆਪਣੇ ਜਵਾਬ ਦੇਣਾ ਚਾਹੀਦਾ। ਇਸ ਤੋਂ ਇਲਾਵਾ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੋਲ ਵਾਸ਼ਿੰਗ ਦੇ ਮੁੱਦੇ ਤੇ ਵੀ ਸੁਖਬੀਰ ਸਿੰਘ ਬਾਦਲ ਦੇ ਇਲਜ਼ਾਮਾਂ ਤੇ ਜਵਾਬ ਦਿੱਤਾ। MOU ਦਾ ਹਿੱਸਾ ਨਹੀਂ ਸੀ, ਇਹਦੀ ਇੰਟਰਪ੍ਰੀਟੇਸ਼ਨ ਜਿਹੜੀ ਕੋਲ ਵਾਸ਼ਿੰਗ ਦੀ ਹੈ, ਮੈਂ ਸਮਝਦਾ ਕਿ ਇਹ ਪੰਜਾਬ ਨਾਲ ਜ਼ਿਆਦਤੀ ਹੋਈ ਹੈ। ਅਸੀਂ ਐਪੀਲੇਟ ਟ੍ਰਾਈਬਿਊਨਲ ਤੋਂ ਵੀ ਜਿੱਤ ਗਏ ਸੀ, ਅਸੀਂ ਹਾਈ ਕੋਰਟ ਤੋਂ ਵੀ ਜਿੱਤ ਗਏ ਸੀ, ਸੁਪਰੀਮ ਕੋਰਟ ਦੇ ਵਿੱਚ ਸਾਡੇ 'ਤੇ ਇਹ ਜਿਹੜਾ ਕੇਸ ਜਿਹੜਾ ਸਾਡੇ ਵਿਪਰੀਤ ਫੈਸਲਾ ਦੇ ਦਿੱਤਾ। ਹੁਣ ਇਹਦੇ 'ਚੋਂ ਕਿਵੇਂ ਨਿਕਲਿਆ ਜਾਵੇ, ਇਹ CM ਸਾਹਿਬ ਕਿਉਂਕਿ ਖੁਦ ਪਾਵਰ ਮਿਨਿਸਟਰ ਹੈ ਔਰ ਉਹਨਾਂ ਕੋਲ ਸਾਰਾ AG ਵਗੈਰਾ ਨੂੰ ਸਾਰਾ ਮੁਸ਼ਾਵਰਤ ਕਰਕੇ, ਨਹੀਂ ਤਾਂ ਇਹ ਬੜੇ ਵੱਡੇ ਜਿਹੜੇ ਨੁਕਸਾਨਾਤ ਜਿਹੜੇ ਆ ਇਹ ਪੰਜਾਬ ਆਈ ਜਿਹੜੀ ਕੰਪਨੀ ਜਿਹਨੂੰ 1400 ਕਰੋੜ ਦਿੱਤਾ ਹੈ, ਇਹਨਾਂ ਨੇ ਉਦੋਂ ਸਾਡੀ ਗਵਰਨਮੈਂਟ ਸੀ ਸਾਨੂੰ ਕਿਹਾ ਕਿ ਸਾਨੂੰ ਕੋਲ ਵਾਸ਼ਿੰਗ ਦਾ ਪੈਸਾ ਦਿੱਤਾ ਜਾਏ। ਰੈਗੂਲੇਟਰੀ ਕਮਿਸ਼ਨ ਕੋਲ ਉਹਨਾਂ ਨੇ ਪਟੀਸ਼ਨ ਪਾਈ, ਰੈਗੂਲੇਟਰੀ ਕਮਿਸ਼ਨ 'ਚ ਅਸੀਂ ਆਪਣੀ ਟੌਪ ਟੀਮ ਲਾ ਕੇ ਵੀ ਵਨ ਇਟ ਇਨ ਦਾ ਰੈਗੂਲੇਟਰੀ ਕਮਿਸ਼ਨ। ਕਾਂਗਰਸ ਗਵਰਨਮੈਂਟ ਕੇਮ ਇਨ, ਕਿਉਂਕਿ ਸਟੇਕਸ ਕਿੰਨੇ 1430 ਕਰੋੜ ਦੇ ਸਟੇਕ ਹੈ ਐਂਡ ਯੂ ਸੀ ਦਾ ਰਿਜ਼ਲਟ ਮੈਚ ਫਿਕਸਿੰਗ। ਸੁਖਬੀਰ ਸਿੰਘ ਬਾਦਲ ਦਾ ਇਲਜ਼ਾਮ ਹੈ ਕਿ ਮਹਿੰਗੀ ਬਿਜਲੀ ਦੇ ਲਈ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜ਼ਿੰਮੇਵਾਰ ਹੈ, ਕਿਉਂਕਿ ਕੋਲਾ ਸਫਾਈ ਦੇ ਨਾਂ 'ਤੇ ਸਰਕਾਰ ਅਤੇ ਨਿੱਜੀ ਕੰਪਨੀਆਂ ਦੇ ਵਿੱਚ ਮੈਚ ਫਿਕਸਿੰਗ ਜ਼ਰੂਰ ਚੱਲ ਰਹੀ ਹੈ। ਚੰਡੀਗੜ੍ਹ ਤੋਂ ਕੁਲਵੀਰ ਦੀਵਾਨ, ਜ਼ੀ ਮੀਡੀਆ।